ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਆਖਿਰ ਅਜਿਹਾ ਕੀ ਹੋ ਰਿਹਾ ਹੈ, ਜਿਸ ਨੂੰ ਲੈ ਕੇ ਸਤਕਾਰ ਕਮੇਟੀ ਤੋਂ ਭਾਈ ਬਲਵੀਰ ਸਿੰਘ ਮੁੱਛਲ ਨੇ SGPC ਅਤੇ ਜਥੇਦਾਰ ਸ਼੍ਰੀ ਕੇਸਗੜ੍ਹ ਸਾਹਿਬ ਰਘਵੀਰ ਸਿੰਘ ਦੇ ਚੱਕੇ ਸਵਾਲ ਕਿ ਇੱਥੇ ਸ਼ਰੇਆਮ ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਹੈ ਕਿ ਬੀੜੀ, ਸਿਗਰਟ, ਤੰਬਾਕੂ ਅਤੇ ਵਾਲ ਕੱਟਣ ਵਾਲੀਆਂ ਨਾਈਆਂ ਦੀਆਂ ਦੁਕਾਨਾਂ ਬਹੁਤ ਖੁੱਲੀਆਂ ਨੇ ਅਤੇ ਸ਼ਰਾਬ ਦੇ ਠੇਕੇ ਮੀਟ ਦੇ ਹੱਥ ਨੇ, ਉਹ ਸ਼ਹਿਰ ਇਸ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਬਾਹਰ ਕੱਢੇ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ, ਤੁਸੀਂ ਸਭ ਬਾਖੂਬੀ ਜਾਣਦੇ ਹੋ ਕਿ ਅਨੰਦਪੁਰ ਸਾਹਿਬ ਦੀ ਧਰਤੀ ਉਹ ਪਵਿੱਤਰ ਪਾਕ ਧਰਤੀ ਹੈ ਜਿਸ ਦੇ ਨਾਲ ਸਿੱਖ ਕੌਮ ਦੀਆਂ ਬਹੁਤ ਅਹਿਮ ਯਾਦਾਂ ਜੁੜੀਆਂ ਹੋਈਆਂ ਨੇ, ਜਿੱਥੇ ਜਦੋਂ ਵੀ ਕੋਈ ਸਿੱਖ ਪੈਰ ਧਰਦਾ ਹੈ ਤਾਂ ਆਪਣੇ ਆਪ ਉਸ ਦਾ ਸਜਦਾ ਹੋ ਜਾਂਦਾ ਹੈ, ਕਿਉਂਕਿ ਇਹ ਉਹ ਸਥਾਨ ਹੈ ਜਿਸ ਦੇ ਨਾਲ ਸਿੱਖ ਕੌਮ ਦੀਆਂ ਲਸਾਨੀ ਸ਼ਹਾਦਤਾਂ ਦੀ, ਕੁਰਬਾਨੀਆਂ ਦੀ ਦਾਸਤਾਨ ਜੁੜੀ ਹੈ, ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਹੋਲਾ ਮਹੱਲਾ ਮਨਾਉਣ ਵਾਸਤੇ ਇਕੱਤਰ ਹੁੰਦੀਆਂ ਨੇ। ਪਰ ਇਸ ਪਾਕ ਪਵਿੱਤਰ ਅਸਥਾਨ ਦੇ ਉੱਤੇ ਜਦੋਂ ਸਰੇਆਮ ਨਸ਼ੇ ਦੀ ਵਰਤੋਂ ਹੋ ਰਹੀ ਹੋਵੇ, ਸਰੇਆਮ ਨਸ਼ੇ ਦੀਆਂ ਦੁਕਾਨਾਂ ਚੱਲ ਰਹੀਆਂ ਹੋਣ, ਤਾਂ ਜਾਗਦੀਆਂ ਜ਼ਮੀਰਾਂ ਵਾਲੇ ਸਿੰਘ ਸਾਹਮਣੇ ਆਉਂਦੇ ਹੀ ਆਉਂਦੇ ਨੇ ਅਤੇ ਇਸ ਦਾ ਡਟ ਕੇ ਵਿਰੋਧ ਵੀ ਕਰਦੇ ਨੇ ਕਿ ਆਖਿਰ ਸਰਕਾਰਾਂ ਇਸ ਦੇ ਉੱਤੇ ਕੋਈ ਕਾਰਵਾਈ ਕਿਉਂ ਨਹੀਂ ਕਰਦੀਆਂ। ਆਖਿਰ ਕਿਉਂ ਅਨੰਦਪੁਰ ਸਾਹਿਬ ਜਿਹੀ ਪਾਕ ਪਵਿੱਤਰ ਧਰਤੀ ਉੱਤੇ ਗੁਟਕੇ ਤੰਬਾਕੂ ਦੀਆਂ ਦੁਕਾਨਾਂ ਸਰੇਆਮ ਚੱਲਦੀਆਂ ਨੇ, ਕਿਉਂ ਉੱਥੇ ਸ਼ਰਾਬ ਵਿਕਦੀ ਹੈ? ਇਸ ਦੇ ਚੱਲਦਿਆਂ ਸਤਕਾਰ ਕਮੇਟੀ ਤੋਂ ਭਾਈ ਬਲਵੀਰ ਸਿੰਘ ਮੁੱਛਲ ਨੇ ਰੂਪਨਗਰ ਵਿਖੇ ਜਿੱਥੇ ਸੀਨੀਅਰ ਅਧਿਕਾਰੀਆਂ ਨੂੰ ਇਸ ਬਾਬਤ ਮੰਗ ਪੱਤਰ ਦਿੱਤਾ, ਉੱਥੇ ਹੀ ਉਹਨਾਂ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਰਘਵੀਰ ਸਿੰਘ ਨੂੰ ਵੀ ਕੁਝ ਸਵਾਲ ਪੁੱਛੇ ਅਤੇ ਨਾਲ ਹੀ SGPC ਨੂੰ ਅਤੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਵੀ ਸਵਾਲਾਂ ਦੇ ਘੇਰੇ 'ਚ ਖੜਾ ਕੀਤਾ ਕਿ ਆਖਿਰ ਕਿਉਂ ਇਸ ਚੀਜ਼ ਦਾ ਇਕਜੁੱਟ ਹੋ ਕੇ ਵਿਰੋਧ ਨਹੀਂ ਕੀਤਾ ਜਾਂਦਾ, ਆਖਿਰ ਕਿਉਂ ਸਾਡੀ ਪਾਕ ਪਵਿੱਤਰ ਧਰਤੀ ਦੇ ਉੱਤੋਂ ਇਹ ਚੀਜ਼ਾਂ ਹਮੇਸ਼ਾ ਲਈ ਬੈਨ ਨਹੀਂ ਕੀਤੀਆਂ ਜਾ ਰਹੀਆਂ। ਅੰਮ੍ਰਿਤਸਰ ਦੀ ਪਾਣ ਪਵਿੱਤਰ ਧਰਤੀ 'ਤੇ ਇਕੱਤਰਤਾ ਕੀਤੀ ਗਈ ਸੀ, ਇਹ ਇਕੱਤਰਤਾ ਦੇ ਵਿੱਚ ਜੋ ਅਨੰਦਪੁਰ ਸਾਹਿਬ ਦੀ ਪਾਣ ਪਵਿੱਤਰ ਧਰਤੀ ਜਿੱਥੇ ਹੋਲਾ ਮਹੱਲਾ ਹਰ ਸਾਲ ਦੀ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ, ਪਰ ਬਹੁਤ ਨਿਹੰਗ ਸਿੰਘ ਜਥੇਬੰਦੀਆਂ ਵੀ ਅਤੇ ਸ਼੍ਰੋਮਣੀ ਕਮੇਟੀ ਵੀ ਪੱਬਾਂ ਭਾਰ ਉੱਥੇ ਪਹੁੰਚਦੀ ਹੈ। ਉੱਥੇ ਇੱਕ ਤਖ਼ਤ ਹੈ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ, ਜਥੇਦਾਰ ਰਘਵੀਰ ਸਿੰਘ ਜੀ ਉੱਥੇ ਮੌਜੂਦਾ ਜਥੇਦਾਰ ਹਨ। ਪਰ ਮੈਂ ਇੱਥੇ ਗੱਲ ਕਹਿਣਾ ਚਾਹੁੰਦਾ ਕਿ ਅਸੀਂ ਹਰ ਸਾਲ ਦੀ ਤਰ੍ਹਾਂ DC ਰੂਪਨਗਰ ਨੂੰ ਮੰਗ ਪੱਤਰ, SDM ਨੂੰ ਅਨੰਦਪੁਰ ਸਾਹਿਬ ਪੱਤਰ ਦੇ ਕੇ ਆਉਂਦੇ ਹਾਂ ਕਿ ਇੱਥੇ ਸ਼ਰੇਆਮ ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਹੈ ਕਿ ਬੀੜੀ, ਸਿਗਰਟ, ਤੰਬਾਕੂ ਅਤੇ ਵਾਲ ਕੱਟਣ ਵਾਲੀਆਂ ਨਾਈਆਂ ਦੀਆਂ ਦੁਕਾਨਾਂ ਬਹੁਤ ਖੁੱਲੀਆਂ ਨੇ ਅਤੇ ਸ਼ਰਾਬ ਦੇ ਠੇਕੇ ਮੀਟ ਦੇ ਹੱਥ ਨੇ, ਉਹ ਸ਼ਹਿਰ ਇਸ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਬਾਹਰ ਕੱਢੇ ਜਾਣ, ਪੂਰਨ ਤੌਰ 'ਤੇ ਪਾਬੰਦੀ ਲਾਈ ਜਾਵੇ। ਪਰ ਉੱਥੇ ਅੱਜ ਜਿਉਂ ਦੀ ਤਿਉਂ ਵਿਕ ਰਿਹਾ ਹੈ। ਅਸੀਂ ਹੁਣ ਮੰਗ ਪੱਤਰ ਨਹੀਂ ਦੇਵਾਂਗੇ ਜਥੇਬੰਦੀ ਵੱਲੋਂ, ਹੁਣ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਨਾਲੇ ਉੱਥੇ ਜਾ ਕੇ ਸਾਨੂੰ ਭਾਵੇਂ 2 ਦਿਨ, 3 ਦਿਨ, 5 ਦਿਨ ਧਰਨਾ ਵੀ ਲਾਉਣਾ ਪੈ ਜਾਵੇ,
ਅਸੀਂ ਜਥੇਦਾਰ ਨੂੰ ਪੁੱਛਾਂਗੇ ਕਿ ਇਹ ਤੁਹਾਡਾ ਫਰਜ਼ ਨਹੀਂ ਬਣਦਾ ਕਿ ਇਹ ਤੁਸੀਂ ਉੱਥੇ ਕੌਮ ਦੇ ਜਥੇਦਾਰ ਹੋ, ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹੋ ਰਹੀ ਮਨਮਤ ਨੂੰ ਰੋਕਣਾ ਤੁਹਾਡਾ ਕੰਮ ਹੈ। ਇਕੱਲਾ ਸਟੇਜਾਂ 'ਤੇ ਬੋਲਣ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਤੁਹਾਨੂੰ ਹੁਕਮ ਨਹੀਂ ਕੀਤਾ, ਸਤਿਗੁਰੂ ਨੇ ਇਹ ਵੀ ਹੁਕਮ ਕੀਤਾ ਕਿ ਜਿਹੜੀ ਮਨਮਤ ਹੋ ਰਹੀ ਹੈ ਉਹ ਜਥੇਦਾਰ ਰੋਕਣ। ਪਬਲਿਕ ਉਦੋਂ ਰੋਕੇਗੀ ਜਦੋਂ ਜਥੇਦਾਰ ਨਾ ਰੋਕਣ, ਜਥੇਦਾਰ ਰੋਕ ਨਹੀਂ ਰਹੇ। ਸਤਿਕਾਰ ਕਮੇਟੀ ਹਰ ਸਾਲ ਦੀ ਤਰ੍ਹਾਂ ਰੋਕ ਰਹੀ ਹੈ। ਐਰਕੀ ਵਹਿੰਦੇ ਕਿ ਜਥੇਦਾਰ ਰੋਕਦਾ, ਜੇ ਜਥੇਦਾਰ ਨੇ ਨਾ ਰੋਕਿਆ ਤਾਂ ਅਸੀਂ ਦਿਨਾਂ ਦੇ ਵਿੱਚ ਪ੍ਰੋਗਰਾਮ ਬਣਾ ਰਹੇ ਹਾਂ ਅਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੇ ਗਾੜੀ ਬੂਹੇ ਗਾੜੀ ਬਹਿ ਜਾਣਾ ਹੈ। ਸ਼੍ਰੀ ਕੇਸਗੜ੍ਹ ਸਾਹਿਬ ਦੇ ਗਾੜੀ ਨਹੀਂ, ਜਿਹੜਾ ਜਥੇਦਾਰ ਦਾ ਦਫ਼ਤਰ ਹੈ ਉੱਥੇ ਬੈਠਾਂਗੇ, ਜਥੇਦਾਰ ਨੂੰ ਪੁੱਛਾਂਗੇ ਕਿ ਕੀ ਸਾਡਾ ਫਰਜ਼ ਹੈ, ਤੁਹਾਡਾ ਫਰਜ਼ ਨਹੀਂ, ਤੁਸੀਂ ਮਨਮਤ ਨਹੀਂ ਰੋਕ ਸਕਦੇ। ਇਹ ਕਰਕੇ ਬੇਨਤੀ ਹੈ ਸਾਰੀਆਂ ਜਥੇਬੰਦੀਆਂ ਨੂੰ, ਆਓ ਜਾਗੋ। ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਹੈ, ਹਰ ਇੱਕ ਦਾ ਫਰਜ਼ ਬਣਦਾ ਹੈ ਉੱਥੇ ਜਾ ਕਰਕੇ ਜਿਹੜੀ ਹੋ ਰਹੀ ਮਨਮਤ ਹੈ ਉਹਨੂੰ ਰੋਕੀਏ ਅਤੇ ਅੱਗੇ ਵਾਸਤੇ ਆਪਾਂ ਉੱਥੇ ਗੁਰਮਤ ਦਾ ਪ੍ਰਚਾਰ ਕਰੀਏ। ਸ਼੍ਰੋਮਣੀ ਕਮੇਟੀ ਦਾ ਪਹਿਲ ਦੇ ਆਧਾਰ 'ਤੇ ਫਰਜ਼ ਹੈ, ਉਹ ਵੀ ਕੁੰਭ ਦੀ ਨਿੰਦੇ ਸੁੱਤੀ ਹੈ, ਕੇਵਲ ਗੋਲ ਸਕਣ ਵਾਸਤੇ ਉੱਥੇ ਵੀਰਾਂ ਘੱਤ ਕੇ ਪਹੁੰਚ ਜਾਂਦੇ ਨੇ ਅਤੇ ਜਿਹੜੇ ਉੱਥੇ ਮਨਮਤ ਹੋ ਰਹੀ ਹੈ ਉਹ ਨਹੀਂ ਰੋਕ ਰਹੇ। ਮੇਰੀ ਬੇਨਤੀ ਹੈ ਕਿ ਪ੍ਰਸ਼ਾਸਨ ਦੇ ਧਿਆਨ 'ਚ ਵੀ ਲਿਆਉਂਦੇ ਹਾਂ ਕਿ ਉਹ ਵੀ ਇਹ ਤੁਰੰਤ ਜਿਹੜੀਆਂ ਦੁਕਾਨਾਂ ਦੇ ਵਿਗੜਾ ਬੰਦ ਕਰ ਦੇਣ, ਨਹੀਂ ਤਾਂ ਫਿਰ ਸਤਿਕਾਰ ਕਮੇਟੀ ਐਕਸ਼ਨ ਲਵੇਗੀ ਅਤੇ ਉਹਦੀ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ। ਗੁਰੂ ਪਿਆਰੇ, ਉਹ ਸਰਕਾਰਾਂ ਜੇ ਝਾਣ ਤਾਂ ਕੀ ਨਹੀਂ ਕਰ ਸਕਦੀਆਂ, ਪਰ ਪੰਜਾਬ ਦੀ ਆਵਾਮ ਨੂੰ ਹਮੇਸ਼ਾ ਹੀ ਇਹਨਾਂ ਰਵਾਇਤੀ ਪਾਰਟੀਆਂ ਤੋਂ ਧੋਖਾ ਮਿਲਿਆ ਹੈ, ਬੇਸ਼ੱਕ ਗੱਲ ਅਕਾਲੀ ਭਾਜਪਾ ਦੀ ਹੋਵੇ ਜਾਂ ਕਾਂਗਰਸ ਦੀ। ਇਹਨਾਂ ਨੇ ਸਾਲ ਦਰ ਸਾਲ ਦਹਾਕਿਆਂ ਦੇ ਦਹਾਕੇ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋ ਕੇ ਪੰਜਾਬ ਦਾ ਰਾਜ ਭਾਗ ਭੋਗਿਆ ਹੈ, ਪਰ ਪੰਜਾਬ ਦੀ ਆਵਾਮ ਨੂੰ ਝੂਠੇ ਲਾਰੇ ਅਤੇ ਝੂਠੇ ਵਾਅਦਿਆਂ ਤੋਂ ਬਿਨਾਂ ਕੁਝ ਵੀ ਨਹੀਂ ਦਿੱਤਾ। ਹੁਣ ਇਹ ਪੰਜਾਬ ਦੀ ਆਵਾਮ ਨੇ ਤੈਅ ਕਰਨਾ ਹੈ ਕਿ ਜੇਕਰ ਅਸੀਂ ਆਪਣੀ ਨੌਜਵਾਨੀ ਬਚਾਉਣੀ ਹੈ, ਜੇਕਰ ਅਸੀਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਲਵਾਉਣੀਆਂ ਨੇ, ਜੇਕਰ ਅਸੀਂ ਆਪਣੇ ਪਾਕ ਪਵਿੱਤਰ ਅਸਥਾਨਾਂ ਦੇ ਉੱਤੇ ਨਸ਼ੇ ਦੀਆਂ ਚੀਜ਼ਾਂ ਹਮੇਸ਼ਾ ਲਈ ਬੈਨ ਕਰਵਾਉਣੀਆਂ ਨੇ, ਤਾਂ ਸਾਨੂੰ ਕੋਈ ਨਾ ਕੋਈ ਤੀਜਾ ਵਿਕਲਪ ਮਜ਼ਬੂਤੀ ਦੇ ਨਾਲ ਪੰਜਾਬ ਦੀ ਸੱਤਾ 'ਤੇ ਕਾਬਜ਼ ਕਰਵਾਉਣਾ ਹੋਵੇਗਾ, ਤਾਂ ਜੋ ਪੰਜਾਬ ਦੀ ਸੱਤਾ ਦਾ ਤਖ਼ਤਾ ਪਲਟ ਕੀਤਾ ਜਾਵੇ, ਤਾਂ ਜੋ ਮੀਰੀ ਅਤੇ ਪੀਰੀ ਦਾ ਸਿਧਾਂਤ ਸਿੱਧਾ ਕੀਤਾ ਜਾਵੇ, ਤਾਂ ਜੋ ਗੰਧਲੀ ਹੋਈ ਸਿਆਸਤ ਨੂੰ ਸਾਫ਼ ਕੀਤਾ ਜਾਵੇ, ਤਾਂ ਜੋ ਕੋਈ ਧਾਰਮਿਕ ਸਮਾਗਮਾਂ ਉੱਤੇ ਕਦੇ ਵੀ ਸਿਆਸੀ ਕਾਨਫਰੰਸ ਨਾ ਕਰ ਸਕੇ, ਤਾਂ ਜੋ ਕੋਈ ਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਸੋਚ ਹੀ ਨਾ ਸਕੇ, ਤਾਂ ਜੋ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਦਿਲੋਂ ਕੰਮ ਕਰਨ ਵਾਲੀਆਂ ਸਰਕਾਰਾਂ ਬਣ ਸਕਣ ਅਤੇ ਪੰਜਾਬ ਦੀ ਜਵਾਨੀ, ਪੰਜਾਬ ਦੀ ਕਿਸਾਨੀ ਬਚਾਈ ਜਾ ਸਕੇ, ਪੰਜਾਬ ਦੇ ਪਾਣੀਆਂ ਦਾ ਹੱਕ ਲਿੱਤਾ ਜਾ ਸਕੇ ਤੇ ਅਨੰਦਪੁਰ ਸਾਹਿਬ ਵਿਖੇ ਜੋ ਵੀ ਸਿੱਖ ਸੰਗਤ ਇਸ ਵਾਰ ਹੋਲੇ ਮੁਹੱਲੇ ਦੇ ਇਸ ਪਰਵ 'ਤੇ ਨਤਮਸਤਕ ਹੋਣ ਵਾਸਤੇ ਜਾ ਰਹੀ ਹੈ, ਉਹਨਾਂ ਨੂੰ ਹੱਥ ਬੰਨ੍ਹ ਕੇ ਇਹੀ ਬੇਨਤੀ ਕਰਾਂਗੇ ਕਿ ਜੇਕਰ ਤੁਹਾਨੂੰ ਕਿਤੇ ਵੀ ਨਸ਼ੇ ਦਾ ਕੋਈ ਵੀ ਕਾਰੋਬਾਰ ਹੁੰਦਾ ਨਜ਼ਰ ਆਉਂਦਾ ਹੈ, ਵਿਕਦਾ ਹੋਇਆ ਨਜ਼ਰ ਆਉਂਦਾ ਹੈ, ਤਾਂ ਡਟ ਕੇ ਉਸਦਾ ਵਿਰੋਧ ਕੀਤਾ ਜਾਵੇ, ਤਾਂ ਜੋ ਗੁਰੂਆਂ ਪੀਰਾਂ ਦੀ ਇਸ ਧਰਤੀ ਨੂੰ ਪਾਕ ਸਾਫ਼ ਰੱਖਿਆ ਜਾਵੇ ਅਤੇ 2022 ਦੀਆਂ ਚੋਣਾਂ ਦੇ ਵਿੱਚ ਆਪਣੀ ਵੋਟ ਭੁਗਤਾਨ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਯਾਦ ਕਰ ਲੈਣਾ ਕਿ ਇਸ ਵਾਰ ਜਦੋਂ ਵੀ ਤੁਸੀਂ ਵੋਟ ਭੁਗਤਾਓ ਤਾਂ ਪਾਰਟੀਬਾਜ਼ੀ, ਜਥੇਬਾਜ਼ੀ, ਧੜੇਬਾਜ਼ੀ ਤੋਂ ਉੱਤੇ ਉੱਠ ਕੇ ਆਪਣੀ ਵੋਟ ਭੁਗਤਾਇਓ ਅਤੇ ਵੋਟ ਉਸ ਨੁਮਾਇੰਦੇ ਦੇ ਹੱਕ ਵਿੱਚ ਦਿਓ ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰਨਾ ਜਾਣਦਾ ਹੋਵੇ, ਜੋ ਪੰਜਾਬ ਦੀ ਜਵਾਨੀ ਦਾ ਫਿਕਰ ਕਰਦਾ ਹੋਵੇ, ਕਿਸਾਨੀ ਦਾ ਫਿਕਰ ਕਰਦਾ ਹੋਵੇ, ਜੋ ਪੰਜਾਬ ਦੇ ਪਾਣੀਆਂ ਦਾ ਹੱਕ ਮੰਗਣਾ ਜਾਣਦਾ ਹੋਵੇ, ਅਤੇ ਸਭ ਤੋਂ ਅਹਿਮ ਗੱਲ ਉਹ ਨੁਮਾਇੰਦਾ ਦੂਰ ਦੂਰ ਤੱਕ ਇਹਨਾਂ ਰਵਾਇਤੀ ਪਾਰਟੀਆਂ ਅਕਾਲੀ ਭਾਜਪਾ ਅਤੇ ਕਾਂਗਰਸ ਦੇ ਨਾਲ ਕੋਈ ਸਰੋਕਾਰ ਨਾ ਰੱਖਦਾ ਹੋਵੇ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ ਹੋ, ਆਪਣੇ ਵਿਚਾਰ ਵਿੱਚ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਤਿਕਾਰ ਕਮੇਟੀ ਪੰਜਾਬ ਜੋ ਅੰਮ੍ਰਿਤਸਰ ਦੇ ਪਾਣ ਪਵਿੱਤਰ ਧਰਤੀ 'ਤੇ ਇਕੱਤਰਤਾ ਕੀਤੀ ਗਈ ਸੀ, ਇਹ ਇਕੱਤਰਤਾ ਦੇ ਵਿੱਚ ਜੋ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਜਿੱਥੇ ਹੱਲਾ ਮਹੱਲਾ ਹਰ ਸਾਲ ਦੀ ਤਰ੍ਹਾਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ, ਪਰ ਬਹੁਤ ਨਿਹੰਗ ਸਿੰਘ ਜਥੇਬੰਦੀਆਂ ਵੀ ਅਤੇ ਸ਼੍ਰੋਮਣੀ ਕਮੇਟੀ ਵੀ ਪੱਬਾਂ ਭਾਰ ਉੱਥੇ ਪਹੁੰਚਦੀ ਹੈ। ਉੱਥੇ ਇੱਕ ਤਖ਼ਤ ਹੈ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ, ਜਥੇਦਾਰ ਰਘਵੀਰ ਸਿੰਘ ਜੀ ਉੱਥੇ ਮੌਜੂਦਾ ਜਥੇਦਾਰ ਹਨ। ਪਰ ਮੈਂ ਇੱਥੇ ਗੱਲ ਕਹਿਣਾ ਚਾਹੁੰਦਾ ਕਿ ਅਸੀਂ ਹਰ ਸਾਲ ਦੀ ਤਰ੍ਹਾਂ DC ਰੂਪਨਗਰ ਨੂੰ ਮੰਗ ਪੱਤਰ, SDM ਨੂੰ ਆਨੰਦਪੁਰ ਸਾਹਿਬ ਪੱਤਰ ਦੇ ਕੇ ਆਉਂਦੇ ਹਾਂ ਕਿ ਇੱਥੇ ਸ਼ਰੇਆਮ ਆਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਹੈ, ਕਿ ਬੀੜੀ, ਸਿਗਰਟ, ਤੰਬਾਕੂ ਅਤੇ ਵਾਲ ਕੱਟਣ ਵਾਲੀਆਂ ਨਾਈਆਂ ਦੀਆਂ ਦੁਕਾਨਾਂ ਬਹੁਤ ਖੁੱਲੀਆਂ ਨੇ ਅਤੇ ਸ਼ਰਾਬ ਦੇ ਠੇਕੇ ਮੀਟ ਦੇ ਹੱਥ 'ਤੇ ਉਹ ਸ਼ਹਿਰ ਇਸ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਬਾਹਰ ਕੱਢੇ ਜਾਣ, ਪੂਰਨ ਤੌਰ 'ਤੇ ਪਾਬੰਦੀ ਲਾਈ ਜਾਵੇ। ਪਰ ਉੱਥੇ ਅੱਜ ਜਿਉਂ ਦੀ ਤਿਉਂ ਵਿਕ ਰਿਹਾ ਹੈ। ਅਸੀਂ ਹੁਣ ਮੰਗ ਪੱਤਰ ਨਹੀਂ ਦੇਵਾਂਗੇ ਜਥੇਬੰਦੀ ਵੱਲੋਂ, ਹੁਣ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਨਾਲੇ ਉੱਥੇ ਜਾ ਕੇ ਸਾਨੂੰ ਭਾਵੇਂ 2 ਦਿਨ 3 ਦਿਨ 5 ਦਿਨ ਧਰਨਾ ਵੀ ਲਾਉਣਾ ਪੈ ਜਾਵੇ, ਅਸੀਂ ਜਥੇਦਾਰ ਨੂੰ ਪੁੱਛਾਂਗੇ ਕਿ ਇਹ ਤੁਹਾਡਾ ਫਰਜ਼ ਨਹੀਂ ਬਣਦਾ ਕਿ ਇਹ ਤੁਸੀਂ ਉੱਥੇ ਕੌਮ ਦੇ ਜਥੇਦਾਰ ਹੋ, ਆਨੰਦਪੁਰ ਸਾਹਿਬ ਦੀ ਧਰਤੀ 'ਤੇ ਹੋ ਰਹੀ ਮਨਮਤ ਨੂੰ ਰੋਕਣਾ ਤੁਹਾਡਾ ਕੰਮ ਹੈ, ਇਕੱਲਾ ਸਟੇਜਾਂ 'ਤੇ ਬੋਲਣ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਤੁਹਾਨੂੰ ਹੁਕਮ ਨਹੀਂ ਕੀਤਾ। ਸਤਿਗੁਰੂ ਨੇ ਇਹ ਵੀ ਹੁਕਮ ਕੀਤਾ ਕਿ ਜਿਹੜੀ ਮਨਮਤ ਹੋ ਰਹੀ ਹੈ ਉਹ ਜਥੇਦਾਰ ਰੋਕਣ। ਪਬਲਿਕ ਉਦੋਂ ਰੋਕੇਗੀ ਜਦੋਂ ਜਥੇਦਾਰ ਨਾ ਰੋਕਣ, ਜਥੇਦਾਰ ਰੋਕ ਨਹੀਂ ਰਹੇ। ਸਤਿਕਾਰ ਕਮੇਟੀ ਹਰ ਸਾਲ ਦੀ ਤਰ੍ਹਾਂ ਰੋਕ ਰਹੀ ਹੈ। ਐਰਕੀ ਵਹਿੰਦੇ ਕਿ ਜਥੇਦਾਰ ਰੋਕਦਾ, ਜੇ ਜਥੇਦਾਰ ਨੇ ਨਾ ਰੋਕਿਆ ਤਾਂ ਅਸੀਂ ਦਿਨਾਂ ਦੇ ਵਿੱਚ ਪ੍ਰੋਗਰਾਮ ਬਣਾ ਰਹੇ ਹਾਂ ਅਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੇ ਗਾੜੀ ਬੂਹੇ ਗਾੜੀ ਬਹਿ ਜਾਣਾ ਹੈ। ਸ੍ਰੀ ਕੇਸਗੜ੍ਹ ਸਾਹਿਬ ਦੇ ਗਾੜੀ ਨਹੀਂ, ਜਿਹੜਾ ਜਥੇਦਾਰ ਦਾ ਦਫ਼ਤਰ ਹੈ ਉੱਥੇ ਬੈਠਾਂਗੇ, ਜਥੇਦਾਰ ਨੂੰ ਪੁੱਛਾਂਗੇ ਕਿ ਕੀ ਸਾਡਾ ਫਰਜ਼ ਹੈ, ਤੁਹਾਡਾ ਫਰਜ਼ ਨਹੀਂ, ਤੁਸੀਂ ਮਨਮਤ ਨਹੀਂ ਰੋਕ ਸਕਦੇ। ਇਹ ਕਰਕੇ ਬੇਨਤੀ ਹੈ ਸਾਰੀਆਂ ਜਥੇਬੰਦੀਆਂ ਨੂੰ, ਆਓ ਜੱਗ ਆਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਹੈ, ਹਰ ਇੱਕ ਦਾ ਫਰਜ਼ ਬਣਦਾ ਹੈ ਉੱਥੇ ਜਾ ਕਰਕੇ ਜਿਹੜੀ ਹੋ ਰਹੀ ਮਨਮਤ ਹੈ ਉਹਨੂੰ ਰੋਕੀਏ ਅਤੇ ਅੱਗੇ ਵਾਸਤੇ ਆਪਾਂ ਉੱਥੇ ਗੁਰਮਤ ਦਾ ਪ੍ਰਚਾਰ ਕਰੀਏ। ਸ਼੍ਰੋਮਣੀ ਕਮੇਟੀ ਦਾ ਪਹਿਲ ਦੇ ਆਧਾਰ 'ਤੇ ਫਰਜ਼ ਹੈ, ਉਹ ਵੀ ਕੁੰਭ ਦੀ ਨਿੰਦੇ ਸੁੱਤੀ ਹੈ, ਕੇਵਲ ਗੋਲ ਖੇਡਣ ਵਾਸਤੇ ਉੱਥੇ ਵੀਰਾਂ ਘੱਤ ਕੇ ਪਹੁੰਚ ਜਾਂਦੇ ਨੇ ਅਤੇ ਜਿਹੜੇ ਉੱਥੇ ਮਨਮਤ ਹੋ ਰਹੀ ਹੈ ਉਹ ਨਹੀਂ ਰੋਕ ਰਹੇ। ਮੇਰੀ ਬੇਨਤੀ ਹੈ ਕਿ ਪ੍ਰਸ਼ਾਸਨ ਦੇ ਧਿਆਨ 'ਚ ਵੀ ਲਿਆਉਂਦੇ ਹਾਂ ਕਿ ਉਹ ਵੀ ਇਹ ਤੁਰੰਤ ਜਿਹੜੀਆਂ ਦੁਕਾਨਾਂ ਦੇ ਵਿਕ ਰਿਹਾ ਬੰਦ ਕਰ ਦੇਣ, ਨਹੀਂ ਤਾਂ ਫਿਰ ਸਤਿਕਾਰ ਕਮੇਟੀ ਐਕਸ਼ਨ ਲਵੇਗੀ ਅਤੇ ਉਹਦੀ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ।